ਆਦੋ ਸੱਚ ਦੁਗਾਦ ਸੱਚ ਧੰਨ ਵਾਹਿਗੁਰੂ ਸਾਹਿਬ ਜੀ ਜੈਸੀ ਮੈਂ ਆਵ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਵ ਲੋਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਭਗਤ ਗਿਆਨ ਦਿਆ ਪੰਡਾਰਣ ਕਟਕਟ ਵਾਜੇ ਨਾਦ ਆਪ ਨਾਥ ਨਾਥੀ ਸਵਜਾ ਕੀ ਰਦ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵੇਂ ਲੇਖੇ ਆਵੇਂ ਭਾਗ ਆਦੇਸ ਸਿ ਆਦੇਸ ਆਦ ਅਨੀਲ ਅਨਾਹਦ ਨਾਹਤ ਜੁਗ ਜੁਗ ਇੱਕੋ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਚਾਵਰ ਛਤਰ ਤਖਤ ਦੇ ਮਾਲਿਕ ਗੁਰਤਾ ਗਰਦੀ ਤੇ ਸੁਭਾਏਮਾਨ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਨਾ ਦੀ ਮੁਬਾਰਕ ਨੇਗੀ ਕੋਦ ਅੰਦਰ ਜੁੜ ਬੈਠੇ। ਅਤੀ ਸਤਿਕਾਰਯੋਗ ਸਤਸੰਗੀ ਜਨੋ। ਬੜੇ ਹੀ ਵੱਡੇ ਭਾਗਾਂ ਵਾਲੇ ਹਾਂ। ਜੋ ਰੋਜ਼ਾਨਾ ਹੀ ਗੁਰਦੁਆਰੇ ਹਾਜ਼ਰੀ ਭਰ ਕੇ ਸਤਿਗੁਰੂ ਦੀ ਬਾਣੀ ਦੇ ਨਾਲ ਆਪਣੇ ਜੀਵਨ ਦੀਆਂ ਉਹਨਾਂ ਅਮੋਲਕ ਘੜੀਆਂ ਨੂੰ ਸੰਗਤ ਜੀ ਆਪਸ ਸਵਾਰਨ ਦਾ ਯਤਨ ਕਰਦੇ ਆ। ਜਪ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਜਿਦੇ ਵਿੱਚ ਪਾਤਸ਼ਾਹ ਜੀ ਨੇ ਜੋਗੀਆਂ ਦੇ ਬਾਰੇ ਗੱਲ ਕੀਤੀ ਸੀ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਉਣ ਤੋਂ ਪਹਿਲਾਂ ਵੀ ਕੁਝ ਧਰਮ ਚੱਲ ਰਹੇ ਪਏ ਸਨ ਜਿ ਵਿੱਚ ਜੋਗੀ ਪੰਡਤ ਤੇ ਕਾਜੀ ਇਹ ਤਿੰਨੇ ਧਰਮ ਦੇ ਆਗੂ ਸਨ ਧਾਰਮਿਕ ਆਗੂ ਸਨ ਪਰ ਪਾਤਸ਼ਾਹ ਜੀ ਨੇ ਵੀ ਇਹਨਾਂ ਬਾਰੇ ਵੀ ਇੱਕ ਬੜੀ ਸੋਹਣੀ ਗੱਲ ਆਖੀ ਮਾਰੇ ਕਹਿਣ ਲੱਗੇ ਇਹ ਧਰਮ ਦੇ ਨਾਂ ਤੇ ਦੁਨੀਆ ਦੇ ਵਿੱਚ ਸਿਰਫ ਵੰਡੀਆਂ ਪਾ ਰੇ ਸੀ ਇਸ ਤੋਂ ਇਲਾਵਾ ਇਹਨਾਂ ਨੇ ਕੁਝ ਐਸਾ ਨਹੀਂ ਕੋਈ ਚੰਗਾ ਕਰਮ ਨਹੀਂ ਕੀਤਾ ਧਰਮ ਦੇ ਨਾਂ ਤੇ ਲੋਕਾਂ ਨੂੰ ਇਹਨਾਂ ਨੇ ਵੰਡਿਆ ਹੋਇਆ ਸੀ ਧਰਮ ਦੇ ਨਾਂ ਤੇ ਵੰਡੀਆਂ ਪਾਈਆਂ ਹੋਈਆਂ ਸੀ ਧਰਮ ਦੇ ਨਾਂ ਤੇ ਲੋਕਾਂ ਨੂੰ ਲਤਾੜ ਰਹੇ ਪੈਸੇ ਇਸ ਤੋਂ ਕੁਝ ਗਾਂਧੀ ਕੋਈ ਗੱਲ ਨਹੀਂ ਕੀਤੀ ਤਾਂ ਹੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹਨਾਂ ਬਾਰੇ ਫਿਰ ਬਚਨ ਕਹੇ ਕਾਜੀ ਕੂੜ ਬੋਲ ਮਲਖਾਈ ਜਿਹੜਾ ਕਾਜੀ ਉਹ ਝੂਠ ਬੋਲਦਾ ਪਿਆ ਝੂਠ ਕੀ ਬੋਲਦਾ ਹੈ ਲੋਕਾਂ ਨੂੰ ਝੂਠ ਦੇ ਨਾਂ ਤੇ ਗੁੰਮਰਾਹ ਕਰਕੇ ਲੁੱਟਦਾ ਪਿਆ ਕਾਜੀ ਕੂੜ ਬੋਲ ਮਲਖਾਏ ਬਾਮਣ ਨਾਵੇ ਜੀਆਂ ਕਾਏ ਜੋਗੀ ਜੁਗਤ ਨਾ ਜਾਣੇ ਅੰਦ ਤੀਨੇ ਉਜਾੜੇ ਕਾ ਬੰਦ ਇਹ ਤੀਨੇ ਬੰਦੇ ਧਰਮ ਦੇ ਨਾਂ ਤੇ ਉਜਾੜ ਪਾਰੇ ਸੀ ਧਰਮ ਦੇ ਨਾਂ ਤੇ ਲੁੱਟ ਰਹੇ ਸਨ ਇਸ ਤੋਂ ਵੱਧ ਕੁਝ ਨਹੀਂ ਸਨ ਪਾਤਸ਼ਾਹ ਨੇ ਫਿਰ ਇਹ ਬਚਨ ਕੀਤੇ ਆਪਾਂ ਜਿਹੜੀ ਕੱਲ ਦੀ ਪੋੜੀ ਵਿਚਾਰ ਆਏ ਹਾਂ ਮਾਰੇ ਨੇ ਉੱਥੇ ਧਾਰਮਿਕ ਚਿੰਨ ਸਨ ਜਿਹੜੇ ਜੋਗੀਆਂ ਦੇ ਉਹਦੇ ਬਾਰੇ ਸਾਨੂੰ ਸਮਝਾਇਆ ਕਿ ਇਹ ਜੇ ਕਰਨਾ ਹੈ ਨਾ ਤੂੰ ਮੰਦਰਾਂ ਜਿਹੜੀਆਂ ਪੌਣੀਆਂ ਸੰਤੋਖ ਦੀਆਂ ਪਾਲ ਐ ਅੱਜ ਪਾਤਸ਼ਾਹ ਨੇ ਜਿਹੜੀ ਪੌੜੀ ਦੇ ਵਿੱਚ ਗੱਲ ਕੀਤੀ ਮਹਾਰਾਜ ਕਹਿਣ ਲੱਗੇ ਭੁਗਤ ਗਿਆਨ ਭੁਗਤ ਦਾ ਅਰਥ ਹੈ ਸੰਗਤ ਜੀ ਚੂਰਮਾ ਪੰਡਾਰ ਦਾ ਅਰਥ ਹੈ ਪੰਡਾਰਾ ਵਰਤਣ ਵਾਲੀ ਪਾਤਸ਼ਾਹ ਕਹਿਣ ਲੱਗੇ ਜਿਹੜਾ ਤੇਰਾ ਭੁਗਤ ਗਿਆਨ ਹੈ ਨਾ ਗਿਆਨ ਨੂੰ ਤੂੰ ਚੂਰਮਾ ਬਣਾ ਲੈ ਨਾਮ ਦਾ ਚੂਰਮਾ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈ ਕਟ ਕਟ ਵਾਜੇ ਨਾਦ ਤੇ ਜਦੋਂ ਪ੍ਰਮਾਤਮਾ ਦੇ ਨਾਮ ਨੂੰ ਤੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਏਂਗਾ ਨਾ ਪ੍ਰਮਾਤਮਾ ਉਹ ਅਕਾਲ ਪੁਰਖ ਜਿਹੜਾ ਸਰਵ ਵਿਆਪਕ ਹੈ ਗਿਆਨ ਲਈ ਤੇਰੇ ਭੰਡਾਰੇ ਹਮੇਸ਼ਾ ਹੋਣਗੇ ਤੁਸੀਂ ਦੇਖਣਾ ਅੱਜ ਹਾਲਾਤ ਅੱਜ ਦੇ ਮੈਨੂੰ ਬੜੀ ਸੋਹਣੀ ਗੱਲ ਯਾਦ ਆ ਗਈ ਕਿਸੇ ਗੁਰਦੁਆਰੇ ਨਾ ਕੋਈ ਬੱਚੇ ਪੋਥੀਆਂ ਦੇ ਨ ਆ ਗਏ ਸਟਿੱਕਾਂ ਦੇ ਨ ਆ ਗਏ ਕਹਿਣ ਲੱਗੇ ਭਾਈ ਸਾਹਿਬ ਆ ਸਟਿਕ ਆ ਪੋਥੀਆਂ ਰੱਖ ਲਓ ਉਹ ਕਹਿਣ ਲੱਗੇ ਕਿਉਂ ਕੀ ਗੱਲ ਹੋਈ ਕੋਈ ਪੜਦਾ ਨਹੀਂ ਕਰੇ ਕਹਿਣ ਲੱਗੇ ਪੜਦੇ ਸੀ ਦਾਦਾ ਦਾਦੀ ਪੜਦੇ ਸਨ ਦਾਦੀ ਵੀ ਚੜ੍ਹਾਈ ਕਰ ਗਈ ਤੇ ਦਾਦਾ ਵੀ ਚੜ੍ਹਾਈ ਕਰ ਗਿਆ ਹੁਣ ਕੋਈ ਪੜਦਾ ਨਹੀਂ ਇਸ ਕਰਕੇ ਅਸੀਂ ਸੋਚਿਆ ਕਿ ਚਲੋ ਘਰ ਗੁਰਦੁਆਰੇ ਦੇ ਆਨੇ ਆ ਇੱਥੇ ਕੋਈ ਨਾ ਕੋਈ ਪੜ ਲੈ ਕਰੇਗਾ ਹਾਲਾਤ ਇਹ ਐ ਸੰਗਤ ਜੀ ਜਿਸ ਗੁਰਬਾਣੀ ਨੇ ਜਿਸ ਬਾਣੀ ਨੇ ਸਾਡੇ ਜੀਵਨ ਦੀ ਘਾੜਤ ਕਰਨੀ ਹੈ ਜਿੱਥੋਂ ਸਾਨੂੰ ਸਿੱਖਿਆ ਮਿਲਣੀ ਸੀ ਅਸੀਂ ਗੁਰਬਾਣੀ ਨੂੰ ਆਪਣੇ ਘਰਾਂ ਦੇ ਵਿੱਚੋਂ ਕੱਢ ਦਿੱਤਾ ਪੰਜਾਬੀ ਮਾਂ ਬੋਲੀ ਨੂੰ ਆਪਣੇ ਘਰਾਂ ਵਿੱਚੋਂ ਕੱਢਦੇ ਜਾ ਰਹੇ ਆ ਤੇ ਉਹਨਾਂ ﺍﻟमारीਆਂ ਦੇ ਵਿੱਚ ਅਸੀਂ ਜੁੱਤੀਆਂ ਜੋੜੇ ਰੱਖ ਦਿੱਤੇ ਜਿੱਥੇ ਗੁਰਬਾਣੀ ਦਾ ਵਾਸਾ ਹੋਣਾ ਸੀ ਜਿੱਥੇ ਗੁਰਬਾਣੀ ਨੂੰ ਅਸੀਂ ਆਪਣੇ ਘਰਾਂ ਦੇ ਵਿੱਚ ਰੱਖ ਕੇ ਪਾਠ ਕਰਨਾ ਸੀ ਉਤੋਂ ਅਸੀਂ ਸਿੱਖਿਆ ਲੈਣੀ ਸੀ ਪਰ ਅਸੀਂ ਆਪਣੇ ਘਰਾਂ ਚੋਂ ਕੱਢ ਦਿੱਤਾ ਇਹ ਬਹੁਤ ਵੱਡਾ ਦੁਖਾਂਤ ਹੈ ਬਹੁਤ ਵੱਡਾ ਪਾਤਸ਼ਾਹ ਨੇ ਕਿਹਾ ਕਿ ਜੇ ਤੂੰ ਗਿਆਨ ਦਾ ਚੂਰਮਾ ਬਣਾ ਲਵੇ ਦਇਆ ਤੇਰੇ ਜੀਵਨ ਵਿੱਚ ਆ ਜਾਏ ਤਾਂ ਤੇਰੇ ਭੰਡਾਰੇ ਹਮੇਸ਼ਾ ਭਰੇ ਰਹਿਣਗੇ ਮਹਾਰਾਜ ਕਹਨ ਲੱਗੇ ਫਿਰ ਤੈਨੂੰ ਇੰਨੀ ਚਿੰਤਾ ਨਹੀਂ ਹੋਏਗੀ ਆਪ ਨਾਥ ਨਾਥੀ ਸਮਝਾ ਕੀ ਤੇ ਬਾਦਸ਼ਾਹ ਕਹਨ ਲੱਗੇ ਤੂੰ ਨਾਥਾਂ ਦੇ ਵਿੱਚੋਂ ਨਾਥ ਹੋਏਗਾ ਪਤਾ ਕੀ ਹੈ ਇਸ ਪੌੜੀ ਦੇ ਵਿੱਚ ਮਹਾਰਾਜ ਨੇ ਬੜੀ ਸੋਹਣੀ ਗੱਲ ਜਿਹੜੀ ਸਮਝਾਈ ਨਾ ਕਹਿਣ ਲੱਗੇ ਉਹ ਪ੍ਰਮਾਤਮਾ ਦਾ ਜਿਹੜਾ ਤੇਰੇ ਅੰਦਰ ਸਿਮਰਨ ਚੱਲ ਰਿਹਾ ਹੈ ਉਹ ਪ੍ਰਮਾਤਮਾ ਦੀ ਜਿਹੜੀ ਬੰਦਗੀ ਵਜਰੀ ਪਈ ਹੈ ਦੇਖੋ ਅਨਹਦ ਦਾ ਅਰਥ ਹੈ ਲਗਾਤਾਰ ਜੋਗੀ ਕੀ ਕਰਦੇ ਸਨ ਕਈ ਤਰ੍ਹਾਂ ਦੇ ਐਸੇ ਕਰਮ ਕਰਦੇ ਸਨ ਉਹ ਕਹਿੰਦੇ ਸੀ ਅਸੀਂ ਦਸਮ ਦਵਾਰ ਦੇ ਵਿੱਚ ਪਹੁੰਚ ਗਏ ਆ ਕਈ ਤਰ੍ਹਾਂ ਦੇ ਇਹੋ ਜੇ ਨਾਦਾਂ ਦੀ ਉਹ ਗੱਲ ਕਰਦੇ ਸਨ ਪਰ ਹਜੂਰ ਪਾਤਸ਼ਾਹ ਨੇ ਜਿਹੜੀ ਗੱਲ ਸਮਝਾਈ ਨਾ ਮਾਰੇ ਕਹਿਣ ਲੱਗੇ ਇਹ ਨਦੀ ਨਾਦੀ ਤਾਂ ਵਜ ਰਹੀ ਪਈ ਹੈ ਉਹ ਪ੍ਰਮਾਤਮਾ ਦਾ ਹੁਕਮ ਤੇ ਚੱਲ ਰਿਆ ਪਿਆ ਹੈ ਗੱਲ ਤੇ ਮਸਲਾ ਹੈ ਕਿ ਉਹ ਸੱਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਅੰਦਰੋਂ ਕੂੜ ਦੀ ਕੰਦ ਕਿਵੇਂ ਤੂੰ ਖਤਮ ਕਰੇਗਾ ਕੂੜ ਦੀ ਕੰਦ ਕਿਵੇਂ ਵਿੱਚੋਂ ਖਤਮ ਹੋਏਗੀ ਪਾਤਸ਼ਾਹ ਜੀ ਕਹਿਣ ਲੱਗੇ ਰਿੱਦ ਸਿਧ ਅਵਰਾ ਸਾਧ ਰਿੱਧੀਆਂ ਸਿੱਧੀਆਂ ਤਾਂ ਮਾਰੇ ਕਹਿਣ ਲੱਗੇ ਤੇਰੇ ਅੰਦਰ ਹੈ ਇਹ ਕਿਵੇਂ ਮਿਲ ਲਗੀਆਂ ਨਵ ਨਿਦੀ 18 ਸਿੱਧੀ ਪਿੱਛੇ ਲਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਾਈ ਸਾਡੇ ਅੰਦਰ ਤਾਂ ਨਵ ਨਿਦੀਆਂ ਤੇ ਹੈ ਵਾ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਤੂੰ ਬਾਹਰੀ ਪਦਾਰਥਾਂ ਨਾਲੋਂ ਛੱਡ ਕੇ ਗੁਰੂ ਦੇ ਨਾਮ ਵੱਲੋਂ ਭਜਨ ਦਾ ਯਤਨ ਕਰ ਤੇ ਹਜੂਰ ਪਾਤਸ਼ਾਹ ਕਹ ਲਗੇ ਸੰਜੋਗ ਵਜੋਗ ਦੋਇ ਕਾਰ ਚਲਾਵੇਂ ਹੁਣ ਇੱਥੇ ਇੱਕ ਗੱਲ ਬੜੀ ਸੁਣੀ ਸਮਝਣ ਵਾਲੀ ਹੈ ਕਈ ਵਾਰ ਨੇ ਇਹ ਗੱਲ ਕਹਿ ਦਿੱਤੀ ਜਾਂ ਦੇਖੋ ਜੀ ਸੰਜੋਗ ਤਾਂ ਰੱਬ ਵੱਲੋਂ ਬਣਾਏ ਜਾਂਦੇ ਨੇ ਸੰਗਤ ਜੀ ਜੇ ਰੱਬ ਵੱਲੋਂ ਸੰਜੋਗ ਬਣਾਏ ਜਾਂਦੇ ਨੇ ਜਿਹੜੇ ਬੰਦੇ ਪੰਜ ਪੰਜ 7 7 ਕੁੜੀਆਂ ਨੂੰ ਰਿਜੈਕਟ ਕਰ ਦਿੰਦੇ ਨੇ ਜਾਂ ਕੁੜੀਆਂ ਵਾਲੇ ਮੁੰਡਿਆਂ ਨੂੰ ਰਿਜੈਕਟ ਕਰਦੇ ਉਹ ਕਿੱਥੇ ਗਏ ਜੇ ਰੱਬ ਸੰਜੋਗ ਬਣਾਉਂਦਾ ਹੈ ਤੇ ਪਹਿਲੀ ਲੜਕੀ ਨੂੰ ਦੇਖ ਕੇ ਹਾਂ ਕਰ ਦੇਣੀ ਚਾਹੀਦੀ ਪਰ ਜਿਹੜਾ ਅੰਦਰ ਲਾਲਚ ਹੈ ਨਾ ਦਾਜ ਕਿੰਨਾ ਮਿਲੇਗਾ ਗੱਡੀ ਕਿੱਥੋਂ ਮਿਲਣੀ ਹੈ ਕਿਹੜਾ ਘਰ ਸੋਖਾ ਹੈ ਕਿਹੜਾ ਘਰ ਸਾਡੇ ਲੈਵਲ 'ਚ ਨਹੀਂ ਹੈ ਇਹ ਚੀਜ਼ਾਂ ਮਾਰੇ ਕਹ ਲਗੇ ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲੇਖੇ ਆਵੇ ਭਾਗ ਭਾਗ ਆਪੋ ਆਪਣੇ ਹਿੱਸੇ ਦੇ ਵਿੱਚ ਜੋ ਅਸੀਂ ਆਪਣਾ ਲੇਖ ਲਿਖਾ ਰਹੇ ਜੇ ਅਸੀਂ ਲਾਲਚੀ ਬਿਰਤੀ ਰੱਖ ਕੇ ਆਂ ਫਿਰ ਸਾਡੇ ਲੇਖ ਕਿੱਦਾਂ ਦੇ ਹੋਣਗੇ ਮਾਰੇ ਕਹ ਲਗੇ ਇਹ ਤਾਂ ਪਿਛਲੇ ਸੰਜੋਗਾ ਕਰਕੇ ਆ ਹੈ ਜੋ ਤੂੰ ਬੀਜ ਰਿਹਾ ਹੈ ਉਹ ਅਸਲ ਵਿੱਚ ਤਾਂ ਸੰਜੋਗ ਏ ਨੇ ਮਾਰੇ ਕਹਿੰ ਲਗੇ ਆਦੇਸ਼ ਤੇ ਸੇ ਆਦੇਸ਼ ਗਲ ਤੇ ਏ ਹੈ ਮਹਾਰਾਜ ਪਾਤਸ਼ਾਹ ਕਹਿੰ ਲਗੇ ਸੋ ਕੂੜ ਦੀ ਕੰਧ ਨੂੰ ਦੂਰ ਕੀਤਾ ਕਿਵੇਂ ਕੀਤਾ ਜਾਏ ਕੇਵਲ ਉਸ ਅਕਾਲ ਪੁਰਖ ਦੇ ਨਾਮ ਨੂੰ ਜਪ ਕੇ ਹੀ ਆਪਣੀ ਜ਼ਿੰਦਗੀ ਅੰਦਰ ਕੂੜ ਦੀ ਕੰਧ ਨੂੰ ਕੱਢ ਸਕਦੇ ਆ ਆਦ ਅਨੀਲ ਅਨਾਦ ਅਨਾਹਤ ਉਹ ਮਾਲਕ ਵਾਹਿਗੁਰੂ ਅਕਾਲ ਪੁਰਖ ਜੋ ਨਾਸ਼ ਤੋਂ ਰਹਿਤ ਹੈ ਜੋ ਸਦਾ ਹੀ ਇੱਕੋ ਜਗਾਧ ਥਿਰ ਰਹਿੰਦਾ ਹੈ ਜੁਗ-ਜੁਗ ਇੱਕੋ ਵੇਸ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਐਸੇ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਸ਼ੁਰੂ ਕਰਿਏ ਜਿਹਦਾ ਇੱਕ ਜਗਾ ਥਿਰ ਹੈ ਗੁਰੂ ਕਿਰਪਾ ਕਰੇ ਭੁਲਾ ਚੁਕਾਂ ਦੀ ਖੀਵਾ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ